ਕੀ ਕਹਿਣਾ ਚਾਹੋਗੇ ਜੀ? ਮੈਂ ਜੀ ਬਿਮਾਰ ਰਹਿੰਦੀ ਹਾਂ, ਮੇਰਾ ਮੋਢਾ ਦਰਦ ਹੈ ਅਤੇ ਬਾਕੀ ਸਾਡੀ ਜਿਹੜੀ ਛੋਟੀ ਹੈ ਉਹ ਵਿੱਚ ਕਹਿੰਦੀ ਮੇਰੇ ਤੋਂ ਮੈਨੂੰ ਤਿਉਹਾਰ ਮੇਰੇ ਵਿੱਚ ਮਰ ਗਈ ਕਹਾ ਜਾਂ ਮਨਾ ਤਾ ਅਤੇ ਜੇ ਸਾਨੂੰ ਦੀਵਾ ਜਾਲੇ ਅਸੀਂ 3 ਸਾਲ ਅਸੀਂ ਦੀਵਾ ਜਾਲ ਕੇ ਕੱਢੇ ਹਾਂ ਠੀਕ ਹੈ। ਤੁਸੀਂ ਉਸੇ ਘਰ ਵਿੱਚ ਕੱਢਿਆ ਜਾਂ ਕਿਤੇ ਹੋਰ? ਉਸੇ ਘਰ ਵਿੱਚ ਕੱਢੇ ਹੁਣ ਤੋਂ ਤੁਹਾਡੇ ਬੱਚਿਆਂ ਕੋਲ ਲਾਈਟ ਸੀਗੀ? ਹਾਂਜੀ ਉਹਦੇ ਕੁਛ ਵੱਡੇ ਛੋਟੇ ਕੋਲ ਹੋ ਗਏ ਸੀ, ਮੇਰਾ ਮੁੰਡਾ ਕੱਟ ਗਿਆ ਸੀ ਲਾਈਟ, ਕਹਿੰਦਾ ਤੁਹਾਡੀ ਲਾਈਟ ਕੱਟ ਗਿਆ? ਸਾਡੀ ਲਾਈਟ ਕੱਟ ਗਿਆ, ਕਹਿੰਦਾ ਤੁਸੀਂ ਕਹਿੰਦਾ ਮੈਨੂੰ ਕਹਿੰਦਾ ਤੂੰ ਤਾਂ ਕਹਿੰਦਾ ਤੂੰ ਤਾਂ ਕਹਿੰਦਾ ਪੱਲੇ ਪਾ ਪਾ ਕਹਿੰਦਾ ਕਹਿੰਦਾ ਲੋਕਾਂ ਕੋਲ ਕਹਿੰਦਾ ਹੱਥ ਅੱਡ ਕੇ ਮੰਗੂਗੀ, ਲੋਕਾਂ ਕੋਲ ਕਹਿੰਦਾ ਹੱਥ ਅੱਡੂਗੇ ਮੋਹਰੇ, ਲੋਕਾਂ ਮੋਹਰੇ ਹੱਥ ਅੱਡੂਗੇ ਵੀ ਮੰਗ ਮੰਗੇ ਵੀ ਅਸੀਂ ਖਾਵਾਂਗੇ। ਮੈਂ ਕਹਿ ਤਾ ਮੈਂ ਸਾਨੂੰ ਵੀ ਲੋੜ ਹੈ ਲੋਕਾਂ ਮੋਹਰੇ ਹੱਥ ਅੱਡਣ ਦੀ, ਅਸੀਂ ਕਹਿੰਦੇ ਮੰਗ ਮੰਗ ਕੇ ਖਾਵਾਂਗੇ, ਅਸੀਂ ਆਪਣੀ ਕਮਾਵਾਂਗੇ ਤਾਂ ਆਪਣੀ ਖਾਵਾਂਗੇ, ਸਾਨੂੰ ਵੀ ਲੋੜ ਹੈ। ਫਿਰ ਛੋਟੀ ਬੋਟੀ ਮੈਨੂੰ ਜਿਹੜੀਆਂ ਨਹੀਂ ਗੱਲਾਂ ਉਹ ਵੀ ਬੋਲਣ ਲੱਗ ਗਈ, ਮਾਪਿਆਂ ਤੱਕ ਚਲੀ ਗਈ ਇਹ ਕਹਿੰਦੇ ਤੇਰੇ ਮਾਪਿਆਂ ਨੇ ਚਲੇ ਜੰਮਣ ਵਾਲੇ ਨੂੰ ਹਲਪਾ ਨਹੀਂ ਦਿੱਤੀ। ਮੈਂ ਕਿਹਾ ਮੇਰੇ ਮਾਪਿਆਂ ਨੇ ਕਹਿੰਦੇ ਕਬਰ ਪੱਟ ਦੀ, ਮੈਂ ਕਿਹਾ ਮੇਰੇ ਮਾਪਿਆਂ ਨੇ ਕਹਿੰਦੇ ਕਬਰ ਪੱਟ ਦੀ, ਮੈਂ ਕਿਹਾ ਉਹ ਕਿਹੜਾ ਤੇਰੇ ਖਾਣ ਆਉਂਦੇ, ਜਿਹੜੀ ਨੇ ਗੱਲਾਂ ਉਹ ਵੀ ਬੋਲਦੀ ਰਹੀ, ਜਿੱਥੇ ਤੱਕ ਕਦੇ ਕੁਛ ਕਹਿੰਦੀ ਸੀ ਕਦੇ ਕੁਛ ਕਹਿੰਦੀ ਸੀ ਕਦੇ ਕੁਛ ਕਹਿੰਦੀ ਸੀ। ਨੋਹਾਂ ਨੇ ਨਹੀਂ ਸੁਣੀ ਕੀ? ਮੁੰਡਿਆਂ ਨੇ ਵੀ ਤੁਹਾਡੀ ਕੋਈ ਗੱਲਬਾਤ ਨਹੀਂ ਸੁਣੀ? ਮੈਂ ਵੀ ਨਹੀਂ ਸੁਣੀ ਨੋਹਾਂ, ਮੈਂ ਵੀ ਨਹੀਂ ਸੁਣੀ ਹੈਗੀ। ਤੁਹਾਡੀ ਬੇਟੀਆਂ ਉਹਨਾਂ ਦਾ ਕੀ ਕਹਿਣਾ ਇਸ ਮਾਮਲੇ ਦੇ ਬਾਰੇ ਤੁਸੀਂ ਗੱਲ? ਸਾਡੀ ਕਹਿੰਦੀ ਸਾਡੇ ਮਾਪਿਆਂ ਨੂੰ ਕਹਿੰਦੇ ਬਾਹਰ ਕੱਢਿਆ ਅਸੀਂ ਉਹਨਾਂ ਨਾਲ ਹੀ ਜੀਵਾਂ, ਜੇ ਤਾਂ ਸਾਡੇ ਮਾਪਿਆਂ ਨੂੰ ਕੱਢਿਆ ਬਾਹਰ ਅਸੀਂ ਤੁਹਾਨੂੰ ਵੀ ਨਹੀਂ ਕੱਢ ਦਾਂਗੇ ਬਾਹਰ। ਹਾਂਜੀ ਕੀ ਨਾਮ ਆ ਜੀ ਤੁਹਾਡਾ? ਮਾਸਟਰ ਸਿੰਘ ਹੈ ਜੀ। ਕੀ ਕਹਿਣਾ ਚਾਹੋਗੇ ਜੀ? ਕੀ ਅਸੀਂ ਇਹੀ ਕਹਿਣਾ ਚਾਹੁੰਦੇ ਸੀ ਸਾਡੇ ਪੁੱਤਰਾਂ ਦੋਹਾਂ ਨੇ ਸਾਨੂੰ ਘਰੋਂ ਬਾਹਰ ਕੱਢਤਾ ਜੀ। ਅੱਛਾ ਜੀ। ਦੋਹਾਂ ਨੋਹਾਂ ਅਤੇ ਦੋਹਾਂ ਪੁੱਤਰਾਂ ਨੇ। ਹਾਂਜੀ। ਪਿੰਡ ਮੇਰਾ ਜਸਵਾਲ ਜੀ। ਹਾਂਜੀ। ਅਤੇ ਸਾਨੂੰ ਨਾ ਉਹਨਾਂ ਨੇ ਧੱਕੇ ਮਾਰ ਕੇ ਬਾਹਰ ਕੱਢਤਾ, ਸਾਡੇ ਉਹਨਾਂ ਨੇ ਜਿਹੜੇ ਮਕਾਨ ਸੀਗੇ ਆਪਣੇ ਨਾਂ ਕਰਾ ਲਏ ਪਹਿਲਾਂ ਮੇਰੇ ਤੋਂ। ਹਾਂਜੀ। ਛੋਟੇ ਨੇ ਵੀ ਬੜੇ ਨੇ ਵੀ। ਹਾਂਜੀ। ਅਤੇ ਉਹਨਾਂ ਨੇ ਫਿਰ ਬਾਅਦ ਸਾਨੂੰ ਧੱਕੇ ਮਾਰ ਕੇ ਬਾਹਰ ਕੱਢਤਾ। ਹਾਂਜੀ। ਇੱਕ ਸੌਦਾ 'ਚ ਕੋਈ ਘਰਵਾਰ ਨਹੀਂ ਹੈਗਾ। ਹਾਂਜੀ। ਤੁਸੀਂ ਜਿੱਥੇ ਮਰਜ਼ੀ ਜਾਓ ਕਿ ਨਹੀਂ ਜਾਣਾ, ਥੋੜ੍ਹਾ ਸਮਾਨ ਚੱਕ ਕੇ ਅਸੀਂ ਗਲੀ 'ਚ ਰੱਖ ਦੇਣਾ। ਹਾਂਜੀ। ਅਤੇ ਫਿਰ ਅਸੀਂ ਦੋਨੇ ਤੋਂ ਸਮਾਨ ਚੱਕ ਕੇ ਲਿਆ ਕੇ ਇੱਥੇ ਕਿਰਾਏ 'ਤੇ ਮਕਾਨ ਲੈ ਕੇ ਬੈਠੇ ਹਾਂ, ਅਤੇ ਦੁਕਾਨ ਕਿਰਾਏ ਦੀ ਉਹਦੇ ਅੰਦਰ ਸਾਡਾ ਸਮਾਨ। ਰੋਟੀ ਪਾਣੀ ਹੈ ਜਿਹੜਾ ਤੁਸੀਂ ਉਰੀ ਬਣਾ? ਰੋਟੀ ਪਾਣੀ ਅਸੀਂ ਆਪਣੀ ਦੁਕਾਨ ਦੇ ਪਿੱਛੇ ਪਾ ਲਈ। ਠੀਕ ਹੈ। ਇਹ ਜਿਹੜੇ ਕਾਗਜ਼ ਪੱਤਰ ਤੁਸੀਂ ਦਿਖਾ ਰਹੇ ਹੋ ਸਾਨੂੰ, ਇਹ ਕਾਹਦੇ ਕਾਹਦੇ ਫੈਸਲੇ ਨੇ? ਕੀ ਹੋਇਆ ਹੋਇਆ? ਕਿੱਥੇ ਕਿੱਥੇ ਕੀ ਝਗੜੇ ਹੋਏ ਜੀ ਸਾਡੇ ਛੋਟੀ ਨਾਲ? ਹਾਂਜੀ। ਫੈਸਲੇ ਨੇ ਜੀ। ਹਾਂਜੀ। ਹਾਂਜੀ। ਅਤੇ ਥਾਣੇ ਵੀ ਸਾਡੀ ਰੌਣਕ ਗਈ ਸੀਗੀ ਜੀ, ਉੱਥੇ ਵੀ ਸਾਨੂੰ ਅੰਦਰ ਕਰਾਇਆ, ਜਮਾਨਤਾਂ 'ਤੇ ਅਸੀਂ ਆਏ ਹਾਂ। ਤੁਹਾਡੇ ਨੌਹਾਂ ਪੁੱਤਰਾਂ ਦੇ ਕੀ ਨਾਮ ਨੇ, ਉਹ ਕੀ ਕੰਮ ਕਰਦੇ ਨੇ? ਸਾਡਾ ਪਹਿਲਾ ਪੁੱਤਰ ਹਨੇਕ ਸਿੰਘ ਆ ਜੀ, ਉਹ ਪਹਿਲਾਂ ਜੀ ਮੈਂ ਉਹਨਾਂ ਨੂੰ ਦੁਕਾਨ ਕਰਕੇ ਦਿੱਤੀ ਸੀ ਇੱਥੇ ਚੜ੍ਹਾਉਂਦੀ ਸੀਵਰ ਦੀ, ਅਤੇ ਉਹਨਾਂ 2012 ਤੋਂ ਲੈ ਕੇ 2017-18 ਤੱਕ ਉਹਨਾਂ ਦੁਕਾਨ ਕੀਤੀ ਹੈ ਜੀ ਸੀਵਰ ਦੀ, ਫਿਰ ਉਹ ਛੱਡ ਕੇ ਚਲੇ ਗਏ। ਅਤੇ ਜਿਹੜਾ ਛੋਟਾ ਮੁੰਡਾ ਸੀਗਾ ਹਰਪਿੰਦਰ ਸਿੰਘ, ਉਹਨੂੰ ਵੀ ਮੈਂ ਟਾਇਰਾਂ ਦੀ ਦੁਕਾਨ ਦੇ ਵਿੱਚ ਰੱਖਿਆ ਸੀਗਾ, ਮੇਰੇ ਨਾਲ ਕੰਮ ਕਰਦਾ ਸੀਗਾ। ਜਦੋਂ ਹਰਪਿੰਦਰ ਸਿੰਘ ਦਾ 2013 ਵਿੱਚ ਵਿਆਹ ਹੋਇਆ ਅਤੇ ਉਹਦੇ ਘਰ ਵਾਲੀ ਆਈ, ਉਸ ਘਰ ਵਾਲੀ ਨੇ ਆ ਕੇ ਸਾਨੂੰ ਇਹ ਕਿਹਾ ਵੀ ਮੈਂ ਇਸ ਘਰ ਨੂੰ ਬਣਾ ਨਹੀਂ ਆਈ, ਇਸ ਘਰ ਨੂੰ ਮੈਂ ਉਜਾੜਨ ਆਈ ਹਾਂ। ਮੈਂ ਉਸਨੂੰ ਕਿਹਾ ਭਾਈ ਵੀ ਸਾਡੇ ਨਾਲ ਦੱਸ ਤਿੰਨ ਕਿਹੜੀ ਸਾਡੇ ਕਿਹੜੀ ਦੁਸ਼ਮਣੀ ਜਿਹੜਾ ਸਾਡੇ ਤੋਂ ਘਰ ਨੂੰ ਉਜਾੜਨ ਆਈ ਹੈ, ਅਤੇ ਉਸਨੇ ਸਾਡਾ ਘਰ ਸਾਰਾ ਬਰਬਾਦ ਕਰਤਾ, ਪੈਸਾ ਖਰਾਬ ਕਰਤਾ। ਅਤੇ ਉਸ ਤੋਂ ਬਾਅਦ ਉਹਨਾਂ ਪੈਸਾ ਚੜ੍ਹ ਗਿਆ ਸਾਡੇ ਜਿਵੇਂ ਕਰਜ਼ਾ, ਅਤੇ ਕਰਜ਼ਾ ਚੜ੍ਹਨ ਤੋਂ ਬਾਅਦ ਫਿਰ ਮੈਂ ਆਪਣਾ ਮਕਾਨ ਮੈਨੂੰ ਵੇਚਣਾ ਪਿਆ, 4.5 ਲੱਖ ਦਾ ਮੈਂ ਮਕਾਨ ਵੇਚਿਆ, 2,60,000 ਦਾ ਉਹਨਾਂ ਨੂੰ ਮਕਾਨ ਲੈ ਕੇ ਦੇ ਦਿੱਤਾ। ਅਤੇ ਉਹਦਾ ਜਿਹੜਾ ਕਰਜ਼ਾ ਸੀ ਮੈਂ ਲਾਇਆ ਜੀ ਸਾਰਾ, ਅਤੇ ਮੇਰੇ ਕੋਲ ਬਚਿਆ ਸਾਰਾ 50-60 ਹਜ਼ਾਰ ਰੁਪਈਆ। 50-60 ਹਜ਼ਾਰ ਦੇ ਨਾਲ ਮੈਂ ਆਪਣੀ ਦੁਕਾਨ ਮਾੜੀ ਮੋਟੀ ਚਲਾਉਣ ਲੱਗਿਆ ਜੀ, ਪੈਂਚਰ ਵਾਲੀ, ਮਾੜਾ ਮੋਟਾ ਮੇਰਾ ਪੈਂਚਰ ਨਾਲ ਕੰਮ ਚੱਲਦਾ ਆ। ਅਤੇ ਅਸੀਂ ਮੈਂ ਹੈਗਾ ਇੱਕ ਆਖਰੀ, ਮੇਰੀ ਨਿਗਾਹ ਹੈਗੀ ਇੱਕ ਹੈ ਨਹੀਂ, ਬਾਬਾ ਸੀਰ ਦਾ ਮਰੀਜ਼ ਆ ਮੈਂ, ਅਤੇ ਮੇਰੇ ਤੋਂ ਕੰਮ ਨਹੀਂ ਹੁੰਦਾ ਹੈਗਾ, ਮੇਰਾ ਤਾਂ ਜੇ ਮਾੜਾ 1-2 ਪੈਂਚਰ ਮੇਰਾ ਲੱਕ ਦੋਣਾ ਪੈਂਦਾ, ਅਤੇ 66 ਸਾਲ ਮੇਰੀ ਉਮਰ ਹੋ ਗਈ, ਅਤੇ ਇੱਥੇ ਘਰ ਵਾਲੀ ਇਹ ਵੀ ਬਿਮਾਰ ਰਹਿੰਦੀ, ਇਹ 'ਚ ਵੀ ਕੰਮ ਨਹੀਂ ਹੁੰਦਾ ਹੈਗਾ, ਇਹਦੀ ਇੱਕ ਬਾਂਹ ਆ ਉਹ ਵੀ ਕੰਮ ਨਹੀਂ ਕਰਦੀ, ਉਮਰ ਕੰਮ ਤੋਂ 65 ਸਾਲ ਦੀ ਹੋ ਗਈ, 64-65 ਸਾਲ ਦੀ।
ਅਸੀਂ ਇਹਨਾਂ ਨੂੰ ਮਤਲਬ ਇਹਨਾਂ ਨੇ ਸਾਨੂੰ ਧੱਕੇ ਮਾਰ ਕੇ ਬਾਹਰ ਕੱਢਤਾ। ਫਿਰ ਅਸੀਂ ਬੜੇ ਮੁੰਡੇ ਕੋਲ ਚਲੇ ਗਏ, ਬੜੇ ਮੁੰਡੇ ਕੋਲ ਗਏ ਅਸੀਂ, ਉਹਦੇ ਇੱਕ ਮਹੀਨਾ ਖੰਡ ਰਹੇ ਅਤੇ ਉਹ ਮੁੰਡੇ ਨੇ ਸਾਨੂੰ ਕਿਹਾ ਵੀ ਅਸੀਂ ਆਪਣੇ ਕਮਰੇ ਵਿੱਚ ਸਰਸ ਪਾਉਣਾ ਆ ਵੀ ਤੁਸੀਂ ਆਪਣਾ ਸਮਾਨ ਚੱਕੋ ਅਤੇ ਇੱਥੇ ਮਰਜ਼ੀ ਚਲੇ ਗਏ ਵੀ ਤੁਹਾਡਾ ਸਾਡੇ ਕੋਲ ਰਹਿਣ ਦਾ ਕੋਈ ਅਧਿਕਾਰ ਨਹੀਂ ਹੈਗਾ ਵੀ ਨਾ ਅਸੀਂ ਤੁਹਾਨੂੰ ਰੱਖੋ। ਜੇ ਉਹਨਾਂ ਨੇ ਕਿਹਾ ਵੀ ਤੁਹਾਡਾ ਸਮਾਨ ਚੱਕ ਕੇ ਅਸੀਂ ਸੜਕੇ ਰੱਖ ਦੇਣਾ, ਗਲੀ 'ਚ ਰੱਖ ਦੇਣਾ, ਚਾਹੇ ਮੀਂਹ ਪਵੇ ਜੋ ਮਰਜ਼ੀ ਵੀ ਅਸੀਂ ਤੁਹਾਨੂੰ ਇੱਥੇ ਨਹੀਂ ਰੱਖਣਾ। ਹੁਣ ਤੁਹਾਡੇ ਪੁੱਤਰ ਕਿੱਥੇ ਨੇ ਔਰ ਕੀ ਕੰਮ ਕਰਦੇ ਨੇ? ਸਾਡੇ ਪੁੱਤਰ ਬੜਾ ਪੁੱਤਰ ਜੀ ਸਾਡਾ ਕੰਮ ਕਰਦਾ ਜੀ, ਤਾਰਾ ਮੀਰਾ ਵੇਚਦਾ, ਗੁੜ ਸ਼ੱਕਰ ਵੇਚਦਾ ਜੀ। ਅਤੇ ਜਿਹੜਾ ਛੋਟਾ ਮੁੰਡਾ ਆ ਉਹ ਤੇਰਾ ਪੈਂਚਰਾਂ ਦੀ ਕਿਸੇ ਦੁਕਾਨ 'ਤੇ ਲੱਗਿਆ ਹੈ ਜੀ, ਗੌਸਗੜ੍ਹ। ਜਦੋਂ ਪੰਚਾਇਤ ਦੇ ਵਿੱਚ ਕੋਈ ਇਹ ਗੱਲ ਨਹੀਂ ਕਰੀ ਗਈ ਜਦੋਂ ਤੁਹਾਨੂੰ ਬਾਹਰ ਕੱਢਿਆ ਗਿਆ ਜਾਂ ਤੁਸੀਂ ਕਿਤੇ ਦਰਖਾਸਤ ਨਹੀਂ ਕਰੀ? ਨਹੀਂ ਜੀ, ਅਸੀਂ ਦਰਖਾਸਤ ਕੋਈ ਨਹੀਂ ਦਿੱਤੀ। ਪਹਿਲਾਂ ਸਾਡੇ ਨਾਲ ਉਹਨਾਂ ਨੇ ਬਹੁਤ ਬੁਰੀ ਕੀਤੀ ਹੈ। ਅੱਛਾ ਜੀ, ਬਹੁਤ ਜ਼ਿਆਦਾ। ਜਦੋਂ ਕਿ 3 ਸਾਲ ਅਸੀਂ ਹਨੇਰੇ ਵਿੱਚ ਰਹੇ ਹਾਂ, ਦੀਵਾ ਬਾਲ ਕੇ ਸਰੋਂ ਦਾ ਅਸੀਂ ਬੈਠੇ ਰਹੇ ਹਾਂ, ਸਾਨੂੰ ਅਸੀਂ ਸਾਡੇ ਕੋਲ ਲੈਟ ਆਈ ਸੀ ਅਤੇ ਉਹ ਸਾਡੀ ਨੌਂਹ ਜਿਹੜੀ ਸੀਗੀ ਛੋਟੀ ਉਹ ਲੈਟ ਬਾਲ ਕੇ ਰਹਿੰਦੀ ਸੀਗੀ। ਜਦੋਂ ਅਸੀਂ ਮਾੜਾ ਮੋਟਾ ਪੱਖਾ ਲੈਣਾ ਨਾ ਆ ਕੇ ਛੱਤ ਮਾਰ ਲਿਆ ਅਤੇ ਅਸੀਂ ਗਰਮੀਆਂ ਦੇ ਵਿੱਚ ਵੀ ਸਾਡੇ ਕੋਲ ਹਵਾ ਨਹੀਂ ਸੀਗੀ, ਨਾ ਪੱਖਾ ਸੀ ਨਾ ਲੈਟ ਸੀ, ਅਤੇ ਅਸੀਂ ਸਰੋਂ ਦਾ ਤੇਲ ਬਾਲ ਕੇ 3 ਸਾਲ ਕੱਟੇ। ਤੁਸੀਂ ਆਪਣੀ ਇਸ ਦਰਦ ਭਰੀ ਕਹਾਣੀ ਬਾਰੇ ਪ੍ਰਸ਼ਾਸਨਿਕ ਅਧਿਕਾਰੀ ਦੇ ਧਿਆਨ ਵਿੱਚ ਕਿਸੇ ਦੇ ਲਿਆਂਦਾ? ਹਾਂਜੀ ਲਿਆਂਦਾ, ਦੇਖੋ ਦਰਖਾਸਤਾਂ ਸਾਡੇ ਕੋਲ ਨੇ ਜੀ, ਇਹ ਟੀਮ ਕੋਲ ਦਰਖਾਸਤ ਥਾਣੇ ਦਰਖਾਸਤ ਆ, ਸਾਰੇ ਪਾਸੇ ਦਰਖਾਸਤਾਂ ਦਿੱਤੀਆਂ, ਸਾਡੀ ਕਿਸੇ ਨੇ ਸੁਣਾਈ ਨਹੀਂ। ਕਿ ਪ੍ਰਸ਼ਾਸਨ ਦਾ ਕੀ ਕਹਿਣਾ ਸੀ? ਪ੍ਰਸ਼ਾਸਨ ਦਾ ਇਹੀ ਕਹਿਣਾ ਸੀਗਾ ਜੀ ਵੀ ਤੁਸੀਂ ਆਪਣੇ ਘਰਦਿਆਂ ਨੂੰ ਕਹਿੰਦੇ ਸੀ, ਮੁੰਡਿਆਂ ਨੂੰ ਵੀ ਤੁਸੀਂ ਆਪਣੇ ਮਾਂ ਬਾਪ ਦਾ ਖਿਆਲ ਕਿਉਂ ਨਹੀਂ ਰੱਖਦੇ ਸੀ। ਹੁਣ ਤੁਸੀਂ ਕੀ ਚਾਹੁੰਦੇ ਹੋ? ਅਸੀਂ ਇਹੀ ਚਾਹੁੰਦੇ ਵੀ ਸਾਨੂੰ ਸਾਫ਼ ਮਿਲਣਾ ਚਾਹੀਦਾ ਵੀ ਜਿਹੜੀ ਸਾਡੀ ਜਗ੍ਹਾ ਆ। ਜਿਹੜਾ ਬੜਾ ਮੇਰਾ ਮੁੰਡਾ ਆ ਉਹ ਬਾਹਰ ਚਲੇ ਗਿਆ ਜੀ, ਮੈਂ 80,000 ਰੁਪਇਆ ਲਾ ਕੇ ਉਹਨੂੰ ਬਾਹਰ ਭੇਜਿਆ, ਉਹਨਾਂ ਮੈਨੂੰ 1 ਰੁਪਇਆ ਦਿੱਤਾ। ਉਹ ਜਿਹੜਾ ਜਗ੍ਹਾ ਵਿੱਚ ਬੈਠਾ ਆ ਉਹ ਜਗ੍ਹਾ ਮੈਂ ਮੁੱਲ ਖਰੀਦੀ ਆ, ਉਹਦੇ ਮਕਾਨ ਮੇਰੇ ਨੇ। ਜਦੋਂ ਕਿ ਉਹ ਜਗ੍ਹਾ ਅਸੀਂ 3 ਭਰਾਵਾਂ ਨੇ ਖਰੀਦਿਆ ਸੀ, ਆਪਣੇ ਪਾਪਾ ਜੀ ਦੇ ਨਾਂ ਲਵਾਤੀ ਸੀਗੀ ਵੀ ਜ਼ਮੀਨ ਵੀ ਤਾਂ ਸਾਡੀ ਜਗ੍ਹਾ ਨਾਲ ਹੀ ਸਾਡੇ ਨਾਂ ਹੋ ਜੂਗੀ। ਅਤੇ ਪਾਪਾ ਜੀ ਦੀ ਲਿਮਿਟ ਸੀ 40,000 ਰੁਪਇਆ ਜੀ, ਉਹਨਾਂ 40,000 ਰੁਪਇਆ ਲਾ ਕੇ ਪਾਪਾ ਜੀ ਦੇ ਨਾਲ ਲੈ ਕੇ ਮਾਛੋ ਵਾਲੀ ਤਹਿਸੀਲ ਦੇ ਵਿੱਚ ਉਹ ਜਗ੍ਹਾ ਉਹਨਾਂ ਆਪਣੇ ਨਾਂ ਕਰਾ ਲਈ। ਜਦੋਂ ਮੈਨੂੰ ਕੋਈ ਪਤਾ ਨਹੀਂ ਸੀਗਾ, ਜਦੋਂ ਮੈਂ ਪਟਵਾਰੀ ਕੋਲ ਗਿਆ, ਪਟਵਾਰੀ ਨੇ ਮੈਨੂੰ ਦੱਸਿਆ ਵੀ ਯਾਰ ਕੰਮ ਤੁਹਾਡਾ ਹੋ ਗਿਆ ਜੀ, ਤੁਹਾਡੀ ਜਗ੍ਹਾ ਉਹਨਾਂ ਦੇ ਨਾਂ ਉਹਨਾਂ ਨੇ ਕਰਾ ਲਈ, ਅਤੇ 40,000 ਦੇ ਵਿੱਚ ਉਹਨਾਂ ਨੇ ਜਗ੍ਹਾ ਮੇਰੇ ਉਹ ਮੇਰੀ ਜਗ੍ਹਾ ਉਹਨਾਂ ਨੇ ਨਾਂ ਕਰਾ ਲਈ। ਜਦੋਂ ਜਗ੍ਹਾ ਮੇਰੀ ਖਰੀਦੀ ਆ, ਸਾਡੇ ਪਿਆਪੇ ਦੀ ਜਗ੍ਹਾ ਨਹੀਂ ਖਰੀਦੀ, ਮੇਰੀ ਖਰੀਦੀ ਪਿੰਡ ਜਾ ਕੇ ਤੁਸੀਂ ਪਤਾ ਕਰੋ ਵੀ ਇਹ ਮਕਾਨ ਕਿਹਨੇ ਪਾਏ, ਜਗ੍ਹਾ ਕਿਹਨੇ ਖਰੀਦੀ ਆ, ਅਤੇ ਮੇਰੇ ਨਾਲ 420 ਹੋਈ ਹੈ, 420 ਕਰਕੇ ਤਾਂ ਧੱਕੇ ਮਾਰ ਕੇ ਸਾਨੂੰ ਬਾਹਰ ਕੱਢਤਾ। ਬੇਟੀਆਂ ਸਾਡੀਆਂ 3 ਆਈਆਂ ਸੀਗੀਆਂ ਸਾਡੇ ਕੋਲ, ਉਹ ਕਹਿੰਦੇ ਵੀ ਸਾਡੇ ਮਾਂ ਬਾਪ ਨੇ ਇਹਨਾਂ ਨੂੰ ਧੱਕਾ ਕੀਤਾ ਵੀ ਬਹੁਤ ਮਾੜੀ ਗੱਲ ਕੀਤੀ ਇਹਨਾਂ ਨੇ, ਇਹ ਇਹਨਾਂ ਹੋਣਾ ਨਹੀਂ ਚਾਹੀਦਾ ਸੀ। ਪ੍ਰਸ਼ਾਸਨਿਕ ਤੋਂ ਕੀ ਮੰਗ ਕਰਦੇ ਹੋ ਜੀ? ਪ੍ਰਸ਼ਾਸਨ ਤੋਂ ਅਸੀਂ ਇਹੀ ਮੰਗ ਕਰਦੇ ਹਾਂ ਵੀ ਸਾਡੇ ਨਾਲ ਜਿਹੜੀ ਹੋਊਗੀ ਉਹ ਤਾਂ ਹੋਊਗੀ, ਹੁਣ ਅਸੀਂ ਤਾਂ ਬੁੱਢੇ ਹੋ ਗਏ, 66 ਸਾਲ ਦੀ ਮੇਰੀ ਉਮਰ ਹੋਊਗੀ, ਮੇਰੇ ਤੋਂ ਕੰਮ ਨਹੀਂ ਹੁੰਦਾ, ਨਾ ਮੇਰੇ ਘਰ ਤੋਂ ਕੰਮ ਹੁੰਦਾ ਆ, ਵੀ ਪ੍ਰਸ਼ਾਸਨ ਨੇ ਕਿਸੇ ਨਾਲ ਸਾਡੀ ਇਹ ਨਹੀਂ ਸੁਣੀ। ਅਸੀਂ ਤਾਂ ਇਹੀ ਕਹਿੰਦੇ ਹਾਂ ਵੀ ਜਿਹੜੀ ਸਾਡੇ ਨਾਲ ਐਸੀ ਗੱਲ ਮੁੰਡਿਆਂ ਨੇ ਕੀਤੀ ਆ ਵੀ ਹੋਰ ਕਿਸੇ ਵੀ ਮਾਂ ਬਾਪ ਨਾਲ ਕੋਈ ਐਸੀ ਗੱਲ ਨਾ ਕੋਈ ਕਰੇ, ਅਤੇ ਪ੍ਰਸ਼ਾਸਨ ਨੂੰ ਅਸੀਂ ਮੰਗ ਇਹੀ ਕਰਦੇ ਹਾਂ ਵੀ ਸਰਕਾਰ ਇਹੋ ਜਿਹਾ ਕਾਨੂੰਨ ਬਣਾਵੇ ਜਾਂ ਕਿ ਮਾਂ ਬਾਪ ਨੂੰ ਕੋਈ ਵੀ ਕੱਢਦਾ ਹੋਵੇ ਤਾਂ ਉਹਦੇ 'ਤੇ ਸਖ਼ਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ।